ਸਤਿ ਸ਼੍ਰੀ ਅਕਾਲ, ਪੰਜਾਬ ਡਾਇਰੀਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਪਰਮਿੰਦਰ ਸਿੰਘ। ਦੋਸਤੋ, ਇਸ ਵਕਤ ਦੀ ਵੱਡੀ ਤੇ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਹੋਏ ਆ। ਇਸ ਵਕਤ ਦੀ ਦੇਸ਼ ਭਰ ਦੇ ਵਿੱਚ ਇੱਕ ਖਬਰ ਨੇ ਜਿਹੜਾ ਤਹਿਲਕਾ ਮਚਾਇਆ ਹੋਇਆ। ਦੱਸ ਦਈਏ ਕਿ ਦੇਸ਼ ਦਾ ਸਭ ਤੋਂ ਵਿਵਾਦਿਤ ਕਾਨੂੰਨ ਯਾਨੀ ਕਿ CAA ਨੂੰ ਲਾਗੂ ਕਰ ਦਿੱਤਾ ਗਿਆ ਹੈ। ਕੇਂਦਰ ਸਰਕਾਰ ਨੇ ਸੋਮਵਾਰ ਯਾਨੀ ਕਿ ਭਲਕੇ 11 ਮਾਰਚ ਸੀ ਅਤੇ 2024 ਨੂੰ ਆਪਣਾ ਨੋਟੀਫਿਕੇਸ਼ਨ ਜਾਰੀ ਕਰਕੇ ਇਸਦਾ ਐਲਾਨ ਕਰ ਦਿੱਤਾ ਗਿਆ ਹੈ। ਯਾਨੀ ਕਿ ਸਿਟੀਜ਼ਨ ਯਾਨੀ ਕਿ ਸੋਧ ਐਕਟ 2020 ਦੇ ਵਿੱਚ ਇਹ ਪਾਸ ਕੀਤਾ ਗਿਆ ਸੀ। ਚੋਣ ਮੌਸਮ ਦੌਰਾਨ ਨਾਗਰਿਕਤਾ ਸੋਧ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਹੁਣ ਸਿਆਸੀ ਸਰਗਰਮੀਆਂ ਜਿਹੜੀਆਂ ਨੇ ਉਹ ਤੇਜ਼ ਹੁੰਦੀਆਂ ਨਜ਼ਰ ਆ ਰਹੀਆਂ ਨੇ। ਦੇਸ਼ ਦੇ ਵਿੱਚ NRC ਅਤੇ CAA ਪਾਸ ਹੋਣ ਤੋਂ ਬਾਅਦ 2020 ਦੇ ਵਿੱਚ ਦੇਸ਼ ਦੀ ਜਿਹੜੀ ਰਾਜਧਾਨੀ ਦਿੱਲੀ ਸਮੇਤ ਵੱਖ ਵੱਖ ਥਾਵਾਂ ਦੇ ਉੱਤੇ ਹੋਏ ਦੰਗਿਆਂ ਦੇ ਵਿੱਚ ਕਈ ਦਰਜਨਾਂ ਜਾਨਾਂ ਵੀ ਗਈਆਂ ਸੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਹਿਲਾਂ ਹੀ ਕਿਹਾ ਸੀ ਕਿ CAA ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਸੀਂ ਲਾਗੂ ਕਰਕੇ ਦਿਖਾਵਾਂਗੇ ਅਤੇ ਨਾਗਰਿਕਤਾ ਸੋਧ ਕਾਨੂੰਨ ਲਾਗੂ ਹੋਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਕਿਹਾ ਕਿ ਜੋ ਕਿਹਾ ਗਿਆ ਉਹ ਮੋਦੀ ਸਰਕਾਰ ਨੇ ਨਾਗਰਿਕਤਾ ਸੋਧ ਕਾਨੂੰਨ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਆਪਣੀ ਜਿਹੜੀ ਗਰੰਟੀ ਹੈ ਉਹ ਪੂਰੀ ਕਰ ਦਿੱਤੀ ਹੈ। ਅਸਲ ਦੇ ਵਿੱਚ CAA ਹੁੰਦਾ ਕੀ ਹੈ, ਇਹਦੇ ਬਾਬਤ ਪੂਰੀ ਜਾਣਕਾਰੀ ਲੈਵਾਂਗੇ। ਇੱਕ ਖਾਸ ਸ਼ਖਸੀਅਤ ਦੇ ਨਾਲ ਤੁਹਾਨੂੰ ਮਿਲਾਉਂਦੇ ਹਾਂ ਜਿਹਨਾਂ ਤੋਂ ਅਸੀਂ ਜਾਣਕਾਰੀ ਲਵਾਂਗੇ। ਬੜੇ ਪ੍ਰਸਿੱਧ ਐਂਕਰ ਨੇ ਅਤੇ ਸੀਨੀਅਰ ਪੱਤਰਕਾਰ ਨੇ ਚੰਦਰ ਸ਼ੇਖਰ ਤਰਸ਼ੂਲ, ਉਹਨਾਂ ਦੇ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਅਸਲ ਦੇ ਵਿੱਚ CAA ਹੁੰਦਾ ਕੀ ਹੈ। ਸੋ ਸਵਾਗਤ ਕਰ ਲੈਂਦੇ ਹਾਂ, ਸਾਡੇ ਨਾਲ ਜੁੜ ਚੁੱਕੇ ਨੇ ਚੰਦਰ ਸ਼ੇਖਰ ਤਰਸੂਲ ਜੋ ਕਿ ਸੀਨੀਅਰ ਪੱਤਰਕਾਰ ਨੇ। ਸਰ, ਬਹੁਤ ਬਹੁਤ ਸਵਾਗਤ ਕਰਦੇ ਹਾਂ ਪੰਜਾਬ ਡਾਇਰੀਜ਼ ਤੇ। ਵਿਧਾਨ ਵੀ ਆਵਸ਼ਕ ਹੈ ਕਿਉਂਕਿ ਕਈ ਨਾ ਕਈ ਲੋਕਾਂ ਕੇ ਮਨ ਮੇ ਇੱਕ ਬਾਤ ਹੈ ਕਿ ਆਖਿਰ CAA ਕਬ ਹੋਗਾ ਕਿਆ। ਦੇਖੀਏ ਆਪ ਕਿਸ ਦੇਸ਼ ਮੇ ਰਹਿਤੇ ਹੈ ਔਰ ਜਿਸ ਦੇਸ਼ ਮੈਂ ਅਗਲੇ ਬਹੁਤ ਆਗੇ ਬਣ ਚੁੱਕੇ ਹੈ ਬਿਲਕੁਲ ਬਿਲਕੁਲ ਸਰ, ਇਹ ਵੀ ਜਾਣਨਾ ਚਾਹੇਂਗੇ ਜੈਸੇ ਆਪਣੇ ਵੀ ਜ਼ਿਕਰ ਕੀਆ ਹੈ ਕਿ ਜੋ ਹਮਾਰੇ ਸਾਥ ਕੇ ਜੋ ਗੁਆਂਢੀ ਮੁਲਕ ਹੈ ਜਿਨਕੋ ਹਮ ਬੋਲਤੇ ਹੈ ਉਨਮੇਂ ਸੇ ਪਾਕਿਸਤਾਨ ਵੀ ਔਰ ਅਫਗਾਨਿਸਤਾਨ ਹੈ ਔਰ ਇੱਕ ਬੰਗਲਾਦੇਸ਼ ਹੈ। ਅਗਰ ਵਹਾਂ ਕੇ ਜੋ ਨਾਗਰਿਕ ਰਹਿਤੇ ਹੈ ਵੋ ਇੰਡੀਆ ਮੇਂ ਆ ਜਾਤੇ ਹੈ ਤੋ ਉਨਕੋ ਯਹਾਂ ਕੀ ਨਾਗਰਿਕਤਾ ਦੇ ਦੀ ਜਾਏਗੀ, ਜੇ ਇੱਕ ਕਾਨੂੰਨ ਹੈ CAA ਕਾ ਜੀ। ਮੈਂ ਸਰ ਇਹ ਵੀ ਜਾਣਨਾ ਚਾਹਤਾ ਹੂੰ, ਇਸਮੇਂ ਜਾਣਕਾਰੀ ਜੇ ਮਿਲ ਰਹੀ ਹੈ ਕਿ ਇਸਮੇਂ ਜੋ ਬਾਹਰ ਕੇ ਮੁਸਲਿਮ ਭਾਈਚਾਰੇ ਕੇ ਲੋਕ ਹੈ ਵੋ ਇਸਮੇਂ ਸ਼ਾਮਿਲ ਨਹੀਂ ਕੀ ਹੈ ਕਿ ਇਸਕਾ ਜ਼ਰੂਰ ਪ੍ਰੋਟੈਸਟ ਦੇਖਨੇ ਕੋ ਮਿਲ ਰਹਾ ਹੈ। ਦੇਖੋ ਉਹ
आपको यहाँ आए ये होना चाहिए ना, तो बाकी आप यहाँ आए हैं तो आपके क्यों आए हैं, क्योंकि भारत एक बड़ी लोकता का देश बन गया, दुनिया की सबसे बड़ी आबादी का देश है। बिल्कुल सर, एक बात और जाननी चाहूंगा, ये कानून जो है 2020 में पास कर दिया गया था, लेकिन इसको लागू करने में इतना समय क्यों गया? देखिए, अगर मैं आपको बता दूं कि बीजेपी के शुरुआती एजेंडे थे जब से भारत थोड़ा बैठा हुआ, तो ये था कि नागरिकता के कानून पर आपको बता है कि जवाहरलाल नेता ये सवाल उठा है कि क्या भारत में जो लोग रह रहे हैं उनके उनको किया जाएगा, आप देखिए सरकार अगर कोई व्यवस्था बन रही है और उसमें कई बड़े वर्ग को बड़ी बड़ी होती है उसका समाधान दिया गया वेस्ट किया लगातार संशोधन होती रहेगी क्या अच्छा कर सकती है, तो सरकार की जो व्यवस्था है जबकि सवाल ये है कि देश बड़ा है, व्यवस्था बड़ी है, यह की बड़ी आबादी वाला देश है, ऐसे में व्यवस्था बदलने के लिए पैदा होता करना जरूरी। ਠੀਕ ਹੈ ਸਰ, ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਵਾਸਤੇ। ਤਾਂ ਇਹ ਸੀ ਚੰਦਰ ਸ਼ੇਖਰ ਤਰਸੂਲ, ਜੋ ਕਿ ਸੀਨੀਅਰ ਪੱਤਰਕਾਰ ਨੇ, ਜਿਨ੍ਹਾਂ ਨੇ ਇਹ ਸਾਫ਼ ਤੌਰ 'ਤੇ ਦੱਸਿਆ ਕਿ ਜਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਯਾਨੀ ਕਿ ਮੋਦੀ ਸਰਕਾਰ ਦੇ ਵੱਲੋਂ ਇੱਕ ਸੋਧ ਕਾਨੂੰਨ ਲੈ ਕੇ ਆਂਦਾ ਗਿਆ, ਜਿਹੜਾ 2020 ਦੇ ਵਿੱਚ ਪਾਸ ਕੀਤਾ ਗਿਆ ਸੀ, ਹਾਲਾਂਕਿ ਉਸ ਨੂੰ 4 ਸਾਲ ਹੋ ਗਏ ਅੱਜ ਲਾਗੂ ਹੋਣ ਦੇ ਵਿੱਚ, ਤਾਂ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਖੁਸ਼ੀ ਵੀ ਆ, ਜਿਹੜੇ ਗੈਰ ਭਾਰਤੀ ਨੇ ਜੋ ਭਾਰਤ ਦੇ ਵਿੱਚ ਆ ਕੇ ਰਹਿਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਨਾਗਰਿਕਤਾ ਦਿੱਤੀ ਜਾਵੇਗੀ। ਹਾਲਾਂਕਿ ਜੇਕਰ ਇਹਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਜੇਕਰ ਕੋਈ ਮੁਸਲਮਾਨ ਭਾਈਚਾਰੇ ਦੇ ਨਾਲ ਵੀ ਸੰਬੰਧ ਰੱਖਦਾ ਤਾਂ ਉਹ ਵੀ ਕਿਤੇ ਨਾ ਕਿਤੇ ਹੋਰ ਮੁਲਕਾਂ ਦੇ ਵਿੱਚ ਪੜਤਾੜਿਤ ਹੈ, ਉਹ ਵੀ ਕਿਤੇ ਨਾ ਕਿਤੇ ਜਬਰ ਸਹਿ ਰਿਹਾ, ਤਾਂ ਉਹ ਇਸ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਆ ਕੇ ਰਹਿ ਸਕਦਾ। ਖਾਸ ਤੌਰ ਦੇ ਉੱਤੇ ਜੇਕਰ ਗੱਲ ਕੀਤੀ ਜਾਵੇ ਘੱਟ ਗਿਣਤੀਆਂ ਵਾਲੇ ਜਿਹੜੇ ਧਰਮ ਨੇ, ਯਾਨੀ ਕਿ ਕਹਿ ਲਿਆ ਜਾਵੇ ਹਿੰਦੂ ਭਾਈਚਾਰੇ ਦੀ ਗੱਲ ਕਰ ਲਈ ਜਾਵੇ, ਜਿਹੜੇ ਹੋਰ ਦੇਸ਼ਾਂ ਦੇ ਵਿੱਚ ਰਹਿੰਦੇ ਨੇ, ਸਿੱਖ ਭਾਈਚਾਰੇ ਦੀ ਗੱਲ ਕਰ ਲਈਏ, ਬੋਧੀ, ਜੈਨੀ, ਤਮਾਮ ਅਜਿਹੇ ਘੱਟ ਗਿਣਤੀ ਦੇ ਜਿਹੜੇ ਲੋਕ ਨੇ, ਉਹ ਇਸ ਭਾਰਤ ਦੇ ਵਿੱਚ ਆ ਕੇ ਰਹਿ ਸਕਦੇ ਨੇ। ਉਹਨਾਂ ਨੂੰ ਹੁਣ ਅਧਿਕਾਰ ਦਿੱਤਾ ਜਾਵੇਗਾ, ਨਾਗਰਿਕਤਾ ਦਿੱਤੀ ਜਾਵੇਗੀ, ਇੱਥੋਂ ਦੀ ਆਈਡੈਂਟੀ ਜਿਹੜੀ ਹੈ ਉਹ ਦਿੱਤੀ ਜਾਵੇਗੀ। ਤਾਂ ਇਹ ਸੀ CAA ਕਾਨੂੰਨ, ਜਿਹੜਾ ਕਿ ਤਕਰੀਬਨ 4 ਸਾਲ ਬਾਅਦ ਅੱਜ ਲਾਗੂ ਹੋਇਆ ਅਤੇ 2020 ਦੇ ਵਿੱਚ ਇਸ ਨੂੰ ਜਿਹੜਾ ਪਾਸ ਆ ਉਹ ਕਰ ਲਿਆ ਗਿਆ ਸੀ। ਅਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਪਤਾ ਲੱਗਿਆ ਹੋਵੇਗਾ ਕਿ ਅਸਲ ਦੇ ਵਿੱਚ CAA ਹੁੰਦਾ ਕੀ ਹੈ, ਇਹਨੂੰ ਭਾਰਤ ਦੇ ਵਿੱਚ ਕਿਉਂ ਲਾਗੂ ਕੀਤਾ ਗਿਆ ਹੈ, ਅਤੇ ਇਸ ਦੇ ਹੁਣ ਕੀ ਕਹਿ ਲਿਆ ਜਾਵੇ ਕਿ ਕਿਆ ਸਰਾਈਆਂ ਲਾਈਆਂ ਜਾ ਰਹੀਆਂ ਨੇ, ਕਿ ਕਿਤੇ ਨਾ ਕਿਤੇ ਰਾਜਨੀਤੀ ਜਿਹੜੀ ਹੈ ਇਸ ਨੂੰ ਲੈ ਕੇ ਹੁਣ ਕੀਤੀ ਜਾ ਰਹੀ ਹੈ। ਕੁਝ ਲੋਕ ਜਿਹੜੇ ਨੇ ਇਸ ਦਾ ਵਿਰੋਧ ਵੀ ਕਰ ਰਹੇ ਨੇ, ਅਤੇ ਜ਼ਿਆਦਾਤਰ ਇਸ ਦਾ ਸਮਰਥਨ ਜਿਹੜਾ ਆ ਉਹ ਫਿਲਹਾਲ ਦੇਖਣ ਨੂੰ ਮਿਲਿਆ ਹੈ। ਤੁਹਾਡੇ ਅਨੁਸਾਰ ਇਹ ਕਾਨੂੰਨ ਲਾਗੂ ਹੋਣਾ ਚਾਹੀਦਾ ਸੀ ਜਾਂ ਨਹੀਂ ਹੋਣਾ ਚਾਹੀਦਾ ਸੀ, ਜਾਂ ਫਿਰ ਕਿਤੇ ਨਾ ਕਿਤੇ ਇੱਕ ਰਾਜਨੀਤਿਕ ਸਟੰਟ ਹੈ? ਇਹ ਸਵਾਲਾਂ ਦੇ ਜਵਾਬ ਤੁਸੀਂ ਵੀ ਦੇ ਸਕਦੇ ਹੋ ਕਮੈਂਟ ਬਾਕਸ ਦੇ ਵਿੱਚ। ਤਾਂ ਇਸ ਤਰੀਕੇ ਦੀਆਂ ਅਪਡੇਟ ਅਤੇ ਤਾਜ਼ਾ ਖਬਰਾਂ ਦੇਖਣ ਵਾਸਤੇ ਜੁੜੇ ਰਹੋ ਸਾਡੇ ਨਾਲ, ਦੇਖਦੇ ਰਹੋ ਪੰਜਾਬ ਡਾਇਰੀ। ਧੰਨਵਾਦ।